ਸਰਕਾਰ ਆਮ ਆਦਮੀ ਪਾਰਟੀ ਦੀ 100% ਬਣੀ ਆ। ਚਲੋ ਦੇਖੋ ਸੁਪਨੇ ਦੇਖੀ ਜਿੰਨੇ ਮਰਜ਼ੀ ਆ, ਮੈਂ ਤੁਹਾਨੂੰ ਦੇ ਦਿੰਦਾ ਕਲੀਅਰ ਆ, ਕੰਨ ਤੇ ਲਿਖਿਆ ਸ਼ੱਕ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਚਿੱਟਾ ਲਿਖਿਆ ਗਿਆ ਹੈ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਆ। ਗਿੱਲ ਸਾਹਿਬ ਤੁਸੀਂ ਹਜ਼ੂਰ ਸਾਹਿਬ ਦੇ ਟਿਕਟਾਂ ਲੈ ਕੇ ਸਾਨੂੰ ਨਹੀਂ ਝੂਠਾ ਜਾਂਦੇ ਲੋਰ। ਅੱਜ ਦਾ ਸਾਡਾ ਜਿਹੜਾ ਵਿਸ਼ਾ ਵਾ ਉਹ ਆ ਕਿ 10 ਮਾਰਚ ਨੂੰ ਪੰਜਾਬ ਦੇ ਵਿੱਚ ਸਰਕਾਰ ਕਿਸ ਦੀ ਆ ਰਹੀ ਆ। ਇਸ ਦੇ ਸੰਦਰਭ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਭਾਗ ਲੈ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਧਕ ਸਕੱਤਰ ਸਰਦਾਰ ਕੁਲਦੀਪ ਸਿੰਘ ਔਲਖ, ਉੱਘੇ ਸਮਾਜ ਸੇਵਕ ਅਤੇ ਸਨਅਤਕਾਰ ਸਰਦਾਰ ਸੁਰਿੰਦਰ ਸਿੰਘ ਸੈਣੀ, ਆਮ ਆਦਮੀ ਪਾਰਟੀ ਵੱਲੋਂ ਸਰਦਾਰ ਹਰਪਿੰਦਰ ਸਿੰਘ ਗਿੱਲ, ਲੇਖਕ ਅਤੇ ਸਾਹਿਤਕਾਰ ਅਤੇ ਚੁਣਾਵੀ ਦ੍ਰਿਸ਼ ਤੇ ਤਿਰਛੀ ਨਜ਼ਰ ਰੱਖਣ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਜੀ ਸਿੱਧੂ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਜੀ। ਸਭ ਤੋਂ ਪਹਿਲਾਂ ਮੇਰਾ ਸਵਾਲ ਸਰਦਾਰ ਗਿੱਲ ਸਾਹਿਬ ਤੁਹਾਡੇ ਵੱਲ ਆ, ਕਿਉਂਕਿ ਅੰਕੜੇ ਵੀ ਜਿਹੜੇ ਆ ਕੁਛ ਚੈਨਲਾਂ ਦੇ ਉਹ ਦਿਖਾ ਰਹੇ ਨੇ ਕਿ ਆਮ ਆਦਮੀ ਪਾਰਟੀ ਇਸ ਵਾਰੀ ਬੜਤ ਵੱਲ ਆ। ਪੰਜਾਬ ਦੇ ਵਿੱਚ ਬਦਲਾਅ ਕਰਨ ਦੇ ਮੂਡ ਦੇ ਨਾਲ ਵੋਟਾਂ ਪਾਈਆਂ, ਉਹ ਇਹਨਾਂ ਰਵਾਇਤੀ ਪਾਰਟੀਆਂ ਤੋਂ ਬੜੀ ਤਰ੍ਹਾਂ ਅੱਕ ਚੁੱਕੇ ਨੇ। ਇਹਨਾਂ ਦਾ ਨਾ ਸਾਰਾ ਸਿਸਟਮ ਮਿਲਿਆ, ਕਈ ਸਾਲਾਂ ਤੋਂ ਇਹ ਲੁੱਟਦੇ ਆ ਰਹੇ ਨੇ। ਇਸ ਵਾਰ 100% ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬਣ ਰਹੀ ਹੈ ਅਤੇ ਸ਼ੋਅ ਰਿਹਾ ਕਿ ਇਸ ਵਾਰ ਆਮ ਆਦਮੀ ਦੀ ਸਰਕਾਰ ਬਣੇਗੀ। ਸਰਦਾਰ ਕੁਲਦੀਪ ਸਿੰਘ ਔਲਖ ਜੀ, ਤੁਸੀਂ ਇਹ ਗਿੱਲ ਸਾਹਿਬ ਦੀ ਗੱਲ ਦੇ ਜਵਾਬ ਕੀ ਦਿਓਗੇ? ਦੇਖੋ ਜੀ, ਪਰਵਾਲ ਸਾਹਿਬ ਮੇਰੇ ਬਹੁਤ ਕਾਬਲ ਦੋਸਤ ਗਿੱਲ ਸਾਹਿਬ ਨੇ ਬੜੇ ਦਾਅਵਾ ਵੱਡੇ ਪੱਧਰ 'ਤੇ ਕੀਤਾ ਕਿ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਰਹੀ ਹੈ, ਅਤੇ ਇਹ ਜਿਹੜੀ ਮੈਂ ਸਮਝਦਾ ਵੀ ਜਿਹੜੇ ਸੋਸ਼ਲ ਮੀਡੀਆ 'ਤੇ ਪਹਿਲਾਂ ਦੀ ਤਰ੍ਹਾਂ ਪ੍ਰਚਾਰ ਬੜਾ ਕੀਤਾ ਜਾ ਰਿਹਾ, ਅਤੇ ਇਹ ਤੋਂ ਪਹਿਲਾਂ ਵੀ ਕੇਜਰੀਵਾਲ ਸਾਹਿਬ ਬੜੇ ਇਸ ਤਰ੍ਹਾਂ ਦੇ ਸ਼ੋਸ਼ੇ ਛੱਡਦੇ ਰਹੇ ਆ ਕਿ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣਦੀ ਰਹੀ। ਪਿਛਲੀ ਵਾਰ ਵੀ ਇਹਨਾਂ ਨੇ 100 ਸੀਟਾਂ ਦਾ ਦਾਅਵਾ ਕੀਤਾ ਸੀਗਾ ਅਤੇ 100 ਦੇ ਵਿੱਚੋਂ ਸਿਰਫ ਇਹਨਾਂ ਨੂੰ 20 ਸੀਟਾਂ ਮਿਲੀਆਂ ਸੀਗੀਆਂ, ਅਤੇ ਉਹ 20 ਸੀਟਾਂ ਦੇ ਵਿੱਚੋਂ ਜਿਹੜੇ 20 MLA ਸਾਹਿਬ, ਮਾਨਯੋਗ MLA ਸਾਹਿਬ, ਜਿਹੜੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇ ਸੀਗੇ, ਉਹਨਾਂ ਦਾ ਬਾਅਦ ਦੇ ਵਿੱਚ ਕੀ ਹਸ਼ਰ ਹੋਇਆ ਹੈ। ਉਹਨਾਂ ਦੇ ਵਿੱਚੋਂ 11-12 ਤਾਂ ਅੱਜ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਆ, 4-5 ਜਿਹਨਾਂ ਟਿਕਟਾਂ ਨਹੀਂ ਮਿਲੀਆਂ, ਅਤੇ ਬਾਕੀ ਜਿਹੜਾ ਕੋਈ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦੇ ਆਪਣੇ ਹਲਕਿਆਂ ਦੇ ਵਿੱਚ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ, ਉਹ ਵੀ ਬੜੀ ਬੁਰੀ ਤਰ੍ਹਾਂ ਹਾਰ ਰਹੇ ਆ। ਅਤੇ ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰ ਜਦੋਂ ਵਿਸ਼ਵਾਸ ਕੀਤਾ ਸੀ, ਉਹਨਾਂ ਦਾ ਵਿਸ਼ਵਾਸ ਟੁੱਟ ਗਿਆ। ਉਹ ਤੋਂ ਪਹਿਲਾਂ ਵਿਸ਼ਵਾਸ ਕੀਤਾ ਦੇਸ਼ ਦੇ ਇਤਿਹਾਸ ਦੇ ਵਿੱਚ ਸੀ ਕਿ ਇੱਥੋਂ ਜਿਹੜੀ ਆਮ ਪਾਰਟੀ ਹੈ ਇਹਨਾਂ ਦੇ 4 ਮੈਂਬਰ ਪਾਰਲੀਮੈਂਟ ਜਿਤਾ ਕੇ ਭੇਜੇ, ਅਤੇ ਉਹ 40 ਦਿਨ ਵੀ ਇਕੱਠੇ ਨਹੀਂ ਰਹਿ ਸਕੇ। ਅਤੇ ਸਭ ਤੋਂ ਦੁੱਖ ਦੀ ਗੱਲ ਹੈ ਕਿ 3 ਇੱਕ ਬੰਨੇ ਹੋ ਗਏ, ਇੱਕ ਬੰਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਜਿਹੜੀ ਆਪਣੀ ਸਟੇਟ ਦੀ ਗੱਲ ਕਰਨੀ ਸੀ, ਆਪਣੇ ਹਲਕੇ ਦੀ ਗੱਲ ਕੀਤੀ ਸੀ ਕਰਨੀ ਸੀ, ਉਹਦੀ ਬਜਾਏ ਇਹਨਾਂ ਨੇ ਗੱਲ ਇਹ ਕੀਤੀ। ਇਹਨਾਂ ਦੇ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਇੱਕ MP ਸਾਹਿਬ ਸੀਗੇ, ਉਹਨਾਂ ਨੇ ਸਪੀਕਰ ਸਾਹਿਬ ਨੂੰ ਲਿਖ ਕੇ ਦਿੱਤਾ ਕਿ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਆ ਭਗਵੰਤ ਮਾਨ ਜੀ, ਜਿਹੜੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਆ, ਕਿਰਪਾ ਕਰਕੇ ਇਹਨਾਂ ਦੀ ਸੀਟ ਬਦਲ ਦਿਓ, ਕਿਉਂਕਿ ਇਹਨਾਂ ਕੋਲ ਸਮੈਲ ਬੜੀ ਹੋਰ ਤਰ੍ਹਾਂ ਦੀ ਆਉਂਦੀ ਹੈ, ਪਤਾ ਨਹੀਂ ਖਾ ਪੀ ਕੇ ਕਿਸ ਤਰ੍ਹਾਂ ਦੀ ਸ਼ਰਾਬ ਪੀ ਕੇ ਆਉਂਦੇ ਜਾਂ ਹੋਰ। ਇਸ ਕਰਕੇ ਉਦੋਂ ਵੀ ਇਹਨਾਂ ਬੜਾ ਝੂਠ ਬੋਲਿਆ ਸੀਗਾ, ਇਹਦੇ ਵਿੱਚ ਕੋਈ ਸੱਚਾਈ ਨਹੀਂ ਗੀ। ਨਰੋਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਰਹੀ ਹੈ, 80 ਤੋਂ ਉੱਪਰ ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਆਧਾਰ 'ਤੇ ਇਲੈਕਸ਼ਨ ਲੜਿਆ, ਅਤੇ ਵਿਕਾਸ ਦੇ ਆਧਾਰ 'ਤੇ ਹੁਣ ਸਰਕਾਰ ਬਣਾਵਾਂਗੇ। ਅਤੇ ਜਿਹੜੇ ਅਧੂਰੇ ਕੰਮ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ, ਜਦੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਜੋ ਕੁਛ ਕਿਹਾ ਉਹ ਕਰਕੇ ਦਿਖਾਇਆ 10 ਸਾਲ ਦੇ ਵਿੱਚ। ਇਸ ਕਰਕੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਹੈ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਸਰਦਾਰ ਸੁਰਿੰਦਰ ਸਿੰਘ ਸੈਣੀ ਸਾਹਿਬ, ਤੁਸੀਂ ਕੀ ਵਿਚਾਰ ਦੇਣਾ ਚਾਹੁੰਦੇ ਜੇ? ਦੇਖੋ ਜੀ, ਲੋਕ ਇਹ ਤਾਂ ਪੱਕੀ ਗੱਲ ਆ ਕਿ ਬਦਲਾਅ ਚਾਹੁੰਦੇ ਆ, ਦੂਸਰੀ ਗੱਲ ਆ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ। 2-3 ਕਾਰਨ ਆ, ਇੱਕ ਤਾਂ ਸਭ ਤੋਂ ਵੱਡੀ ਗੱਲ ਆ ਬੇਅਦਬੀ ਦੀ, ਇਹ ਬੇਅਦਬੀ 'ਤੇ ਕੋਈ ਕੰਟਰੋਲ ਨਹੀਂ ਕਰ ਸਕੇ ਉਸ ਟਾਈਮ ਜਦ ਬਰਗਾੜੀ ਕਾਂਡ ਹੋਇਆ। ਦੂਸਰੀ ਗੱਲ ਆ ਕਿ ਨਸ਼ਿਆਂ ਦਾ, ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਈ ਆ, ਪਿਛਲੇ 10 ਸਾਲ 'ਚ ਚਿੱਟੇ ਦਾ ਨਸ਼ਾ ਚਾਲੂ ਹੋਇਆ, ਪਹਿਲਾਂ ਚਿੱਟੇ ਦਾ ਨਾਂ ਨਹੀਂ ਸੀਗਾ। ਲੋਕਾਂ ਦੇ ਦਿਮਾਗ, ਦਿਲ ਔਰ ਦਿਮਾਗ ਦੇ ਵਿੱਚ ਇਹ ਗੱਲ ਬੈਠ ਗਈ ਆ ਕਿ ਇਹ ਚਿੱਟੇ ਦਾ ਜਨਮਦਾਤਾ ਹੀ ਸ਼੍ਰੋਮਣੀ ਅਕਾਲੀ ਦਲ ਆ। ਇੱਕ ਮਿੰਟ ਜੀ, ਮੈਂ ਇਹਦਾ ਜਵਾਬ ਲੈ ਲਾਂ। ਔਲਖ ਸਾਹਿਬ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ, ਇਹ ਜਿਵੇਂ ਸੈਣੀ ਸਾਹਿਬ ਬੜੇ ਕਾਬਲ ਦੋਸਤ ਕਹਿ ਰਹੇ ਆ ਕਿ ਇਹ ਨਸ਼ੇ ਦੀ ਗੱਲ ਕੀਤੀ ਹੈ, ਅਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ, ਅਤੇ ਇਹਨਾਂ ਨੇ ਕਿੰਨੇ ਕੁ ਬੰਦੇ ਫੜ ਕੇ ਅੰਦਰ ਕੀਤੇ ਆ? ਜੇ ਕੋਈ ਨਸ਼ਾ ਵੇਚਦਾ ਸੀਗਾ ਜਾਂ ਨਸ਼ਾ ਖਾਂਦਾ ਸੀਗਾ, ਉਹਨਾਂ ਪ੍ਰਤੀ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ? ਇਹਨਾਂ ਨੇ ਬਰਗਾੜੀ ਦੀ ਗੱਲ ਕੀਤੀ ਹੈ, ਜਦੋਂ ਇਹ ਮਾੜੀ ਘਟਨਾ ਵਾਪਰੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਬੜਾ ਦੁਖਦਾਈ ਹੈ ਕਿ ਬਹੁਤ ਮਾੜੀ ਘਟਨਾ ਵਾਪਰੀ ਹੈ, ਪਰ ਉਸ ਤੋਂ ਤੁਰੰਤ ਬਾਅਦ ਸਾਡੇ ਮਾਨਯੋਗ
जो प्रधान श्रोमणी अकाली दल के उस समय गृह मंत्री भी सन, उन्होंने एक सैट बनाई गई कि दोषियों को सजावं देने वास्ते एक सैट बनाई गई। वो सैट ने अजे कार्रवाई शुरू की सी कि दोषियों सामने लिया वास्ते, तो वह जो ये गल चल रही थी तो कुछ वीर ने कुछ साडिया जो पंथक जथेबंदियां जिड़िया कि कांग्रेस के नाल रल मिल के चलदियां सीगियां, उन्होंने एक बड़ा वड्डा धरना दिता उत्थे ते मंग कीती कि सानू पंजाब सरकार तो कोई भरोसा नहीं गा, ये अपने अफसर नूं बचा सकते हैं, इहदी जांच सीबीआई नूं दित्ती जावे। तो सरदार सुखबीर सिंह जी बादल और उस समय के मुख्यमंत्री सरदार प्रकाश सिंह जी बादल ने तुरंत सिफारिश करके सीबीआई नूं जांच दे दित्ती गई। उस तो बाद सीबीआई भी कोई जांच उहदे विच लभ नहीं सकी। अज असी इह गल करदे हां कि जे श्रोमणी अकाली दल की कोई गलती सी, इह कदी सोचा जा सकता है कि श्रोमणी अकाली दल और बादल परिवार श्री गुरु ग्रंथ साहब की बेअदबी कर सकते हैं? चलो मैं इस बन्ने फिर आना, अपना अज का जोड़ा विशा वा वह आ कि सरकार 10 मार्च में किसती बन जा रही आ। गुरप्रीत सिंह सिद्धू साहब ढाडा इन्हों आम आदमी पार्टी वालों अकाली दल वालों बुला रहे ने, आपो अपने पक्ष रखे, वह कह रहे हैं सरकार जी बन जा रही आ आम आदमी पार्टी की, अकाली दल वालों अकाली दल की आडा की नज़रिया वा, तो की आम आदमी पार्टी इस काबिल है कि वह पंजाब नूं चला लेगी? जनाब मैं बेनती ये करना भी पंजाबी किसी इस करके नहीं चुनते भी उस तो बड़े खुश होंगे, वो मोस्टली इस करके चुनते भी उन्होंने पहली सरकार जिहड़ी भी काम करके गई आ जिहड़ियां गलतियां कीतियां उन्होंने सज़ा देने वास्ते चुनते हैं। मैं औलख साहब नूं बेनती करता है कि ये डायग्नोस हो गया है, मैं उस गल ते आउणा है जी कि किहड़ी पार्टी सरकार बनाएगी। मैं बेनती करता है कि 5 सालों च की अकाली दल ने आत्म चिंतन कर लिया है कि केड़ियां गलतियां हुई हैं कि पिछली बारी अकाली दल नूं लोकां ने हराता, जे वो गलतियां पॉइंट आउट हो गई ने तो उन्होंने सल्यूशन भी पॉइंट आउट हो गए ने, तो डेफिनेटली फिर मैं कहना कि अकाली दल की ही सरकार बन जाएगी इस बार। दूजी गल जितों तक आपकी गल है औलख साहब ना, मैं बिल्कुल सहमत हाँ भी इन्हों पिछली बारी तो ओपोजिशन अजे चंगी तरह नहीं चलानी आई, तो जे इन्हों की सरकार बन जाती तो फिर पंजाब का की हाल होना है। तीजी गल हुण बचिया कौन, बचिया तो सिस्मा वाले सरदार जी भी कही जाते हैं कि मैं सरकार अगली भी अपने महल चो चलाया करनी है। हुण देखने वाली गल यह है भी सारे ने दावे करने हैं पर किस्मत जिहड़ी है मशीनां च बंद है, वह 10 तरीक नूं खुल जानी है, पर यह इन्ना सौखा आप वास्ते ना सरकार बनाउणी ते ना चलाउणी जिद्दां गिल साहब दावा करदे ने ये भी नहीं है। हुण ये है कि रिजल्ट तो बाद ये की ओपोजिशन च बैठते ने जां ये सरकार चलाउंदे ने, इन्हां दी की इहदे वास्ते स्ट्रैटजी है? मैनूं लगदा है औलख साहब बेहतर दस सकदे ने कि जदों पाणियां दा मामला आएगा पंजाब दियां दा, पंजाब दी पराली दी अग आएगी केजरीवाल साहब के स्टैंड होवाब, तो मैं गिल साहब को लूंगा। गिल साहब जे सरकार ताड़ी आ जाती आ तो जिहड़ा भखदा मसला पानिया का पराली साड़न का तो होर पंजाब के हितों का उदों ताड़ी सरकार कित्थे खड़ी होएगी? देखो जिदा पानी का मसला वो तो इन्हों का पहलों तो चलता हो गया, लेकिन वंड के हिसाब से जिन्ना पंजाब का पानी बनता वो पंजाब को मिल रहा, जिहड़ा हिस्सा हरियाणे को केजरीवाल पहलों दे नहीं गया, वो तो पहलियां सरकारा ने दिता जरा राजस्थान में दिता ज हरियाणे में दिता दिल्ली में दिता, एक्सट्रा तो अब तक कोई नहीं दिता ना पानी का हिस्सा, जो पहलों दिता उ बाकी जी पराली की गल आ प्रदूषण संबंधित रिलेटिड मसला, प्रदूषण दिल्ली के हो रहा जमृतसर हो रहा जलंधर हो रहा, हम लुधियाना सब तो ज़्यादा प्रदूषित शहर है, वो कला पराली भी हैगी है लेकिन जी फैक्ट्रिया भी हैं जिड़िया प्रदूषण फैला वो दिल्ली में भी फैल रहा, ਇਹ ਕੱਲਾ ਪੰਜਾਬ ਤੇ ਕੋਈ ਉਹਦਾ ਐਲੀਗੇਸ਼ਨ ਨਹੀਂ ਲੱਗ ਰਿਹਾ ਕਿ ਕੱਲਾ ਪੰਜਾਬ ਹੀ ਹਲਾਉਣ ਡਿਆ, ਕੇਜਰੀਵਾਲ ਸਾਹਿਬ ਗਿੱਲ ਸਾਹਿਬ ਕੋਲ ਟਿਊਸ਼ਨ ਪੜ੍ਹਨਗੇ ਇਹਦੇ ਬਾਰੇ ਕਿ ਜਿਹੜਾ ਉਹ ਬਿਆਨ ਦਿੰਦੇ ਨੇ ਕਿ ਪੰਜਾਬ ਦਾ ਪ੍ਰਦੂਸ਼ਣ ਹੈ, ਵਿਲ ਯੂ ਬੀ ਏਬਲ ਟੂ ਕਨਵਿੰਸ ਹਿਮ? ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਕਣਕ ਜਾਂ ਝੋਨੇ ਦੀ ਜਿਹੜੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ ਉਹ ਸਭ ਤੋਂ ਜ਼ਿਆਦਾ ਝੋਨਾ ਪੰਜਾਬ 'ਚ ਹੀ ਹੁੰਦਾ, ਲੇਕਿਨ ਇਹ ਕੱਲਾ ਵੇਖੋ ਉਹ ਕੱਲੀ ਅੱਗ ਦੀ ਗੱਲ ਨਹੀਂ ਗੀ, ਲੇਕਿਨ ਉਹ ਝੋਨਾ ਲੱਗਣ ਦੇ ਨਾਲ ਪਾਣੀ ਪੰਜਾਬ ਦਾ ਕਿੰਨਾ ਪੋਲੂਟਡ ਹੋ ਰਿਹਾ ਕਿੰਨਾ ਘੱਟ ਰਿਹਾ ਉਹ 'ਤੇ ਵੀ ਸਰਕਾਰਾਂ ਨੂੰ ਥੋੜ੍ਹਾ ਜਿਹਾ ਦੇਖਣਾ ਚਾਹੀਦਾ, ਉਹਦਾ ਬਦਲ ਦੇਣਾ ਚਾਹੀਦਾ ਫਸਲਾਂ ਦਾ ਬਦਲ ਦੂਜਾ ਦੇਣ, ਹੈ ਨਾ? ਚਲੋ ਇਹ ਅੱਜ ਦਾ ਆਪਣਾ ਵਿਸ਼ਾ ਨਹੀਂ, ਇਸ 'ਤੇ ਆਪਾਂ ਲੰਮੀ ਬਹਿਸ ਕਰਾਂਗੇ। ਔਲਖ ਸਾਹਿਬ ਗਿੱਲ ਸਾਹਿਬ ਕਹਿ ਰਹੇ ਨੇ ਕਿ ਜੇ ਸਾਡੀ ਸਰਕਾਰ ਆਉਂਦੀ ਆ ਆਮ ਆਦਮੀ ਪਾਰਟੀ ਦੀ ਤਾਂ ਜਿਹੜਾ ਪਾਣੀ ਆ ਉਹ ਪੰਜਾਬ ਕੋਲ ਨਹੀਂ ਖੋਏ ਜਾਣਗੇ ਅਤੇ ਪਰਾਲੀ ਦਾ ਮਸਲਾ ਸਾਡੇ ਵੱਲੋਂ ਨਹੀਂ ਉਠਾਇਆ ਗਿਆ, ਜਦਕਿ ਆਪਾਂ ਸਟੇਟਮੈਂਟ ਪੜ੍ਹਦੇ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਦੇਖੋ ਜੀ ਪਰਵਲ ਸਾਹਿਬ, ਅਸਲ ਦੇ ਵਿੱਚ ਨਾ
कोई भी पार्टी है जी चाहे कांग्रेस पार्टी है जी दिलों तो चलती है चाहे ये आम वाले है जां होर है ये कभी भी पंजाब प्रति संसीयर नहीं हो सकते ना ही इन्हों की कोई नीति संसीयर हो सकती। मैं केजरीवाल सर की गल कर लैंदा पहला तो बड़िया पंजाब के गल करते हैं ये तो जो छपूवाला बार्डर टप जाते हैं उदो इन्हों बयान होर हो जाता है कि हरियाणा का भी हक बनता पंजाब के जो थोड़ा होर सोनीपत लंघ जाते हैं उदो कहते दिल्ली का भी हक बनता पानिया से इस करके इन्हों की कहनी तो करनी के बहुत फर्क है। इन्होंने बड़े वे वे झूठ बोले है पराली की गल है देखो एक स्टेट रस्ते आँदी है थोड़ी जी एक सैड तो यूपी भी आँदी है पर यह कहें भी जरा पंजाब का धुआं है केजरीवाल साहब कहते हैं वो पंजाब का धुआं दिल्ली के जाता है तो प्रदूषण फैलता इस करके इन्होंने ओपनली स्टेटमेंट दी। दूजे नंबर पर जिमें इन्हें पंजाब गल की है तुम राजभाग की गल की भी पंजाब किमें काम करे इन्होंने ये पक्ष से बड़ा वाला झूठ बोलिया कि असी पंजाबियों का तो खास तौर पर सिखां का सत्कार करते हैं अज पंजाब दे विच दी गल छड्डो पंजाब दे विच तां कदी चलो सुखना लैल तो वक्री गल है ਇਹ ਜੇ ਐਪੋਜੀਸ਼ਨ ਨਹੀਂ ਚਲਾ ਸਕਦੇ 20 ਐਮਐਲਏ ਇਕੱਠੇ ਨਹੀਂ ਰਹਿ ਸਕਦੇ ਚਾਰ ਐਮਪੀ ਇਕੱਠੇ ਨਹੀਂ ਰਹਿ ਸਕਦੇ ਮੈਂ ਉਹੀ ਦੱਸਣ ਲੱਗਾ ਕੇਜਰੀਵਾਲ ਸਾਹਿਬ ਕਹਿੰਦੇ ਪੰਜਾਬੀਆਂ ਦਾ ਸਿੱਖਾਂ ਦਾ ਬਹੁਤ ਸਤਿਕਾਰ ਕਰਦੇ ਆ ਇਹਨਾਂ ਦੀ ਕੈਬਨਿਟ ਦੇ ਵਿੱਚ ਕਿੰਨੇ ਸਿੱਖ ਆ ਜੀ ਤਿੰਨ ਵਾਰੀ ਮੁੱਖ ਮੰਤਰੀ ਬਣ ਚੁੱਕੇ ਆ ਕਿੰਨੇ ਸਰਦਾਰ ਮੰਤਰੀ ਬਣੇ ਆ ਫਿਰ ਦੂਜੇ ਨੰਬਰ ਤੇ ਲੇਡੀ ਦਾ ਬਹੁਤ ਸਤਿਕਾਰ ਕਰਦੇ ਆ ਜੀ ਅਸੀਂ ਕਹਿੰਦੇ ਆ ਵੀ ਔਰਤ ਦਾ ਬਹੁਤ ਸਤਿਕਾਰ ਕਰਦੇ ਅਸੀਂ 2100 ਰੁਪਏ ਦੇਵਾਂਗੇ 2000 ਰੁਪਏ ਦੇਵਾਂਗੇ ਇਹਨਾਂ ਦੀ ਕੈਬਨਿਟ ਦੇ ਵਿੱਚ ਕਿੰਨੀਆਂ ਔਰਤਾਂ ਫਿਰ ਚੀਫ ਪਾਰਲੀਮੈਂਟ ਸੈਕਟਰੀ ਕਿੰਨੇ ਆ ਕਿੰਨੀਆਂ ਕਾਰਪੋਰੇਸ਼ਨ ਦੇ ਬੋਰਡਾਂ ਦੇ ਜੇ ਡਾਇਰੈਕਟਰ ਹੈ ਜਾਂ ਚੇਅਰਮੈਨ ਇਹਨਾਂ ਦੇ ਸਰਦਾਰ ਕੋਈ ਲੱਗਿਆ ਰਾਜ ਸਭਾ ਦੇ ਵਿੱਚ ਇਹਨਾਂ ਨੁਮਾਇੰਦੇ ਭੇਜਣੇ ਸੀਗੇ ਕੋਈ ਸਿੱਖ ਇੱਕ ਵੀ ਭੇਜਿਆ ਇਸ ਕਰਕੇ ਇਹਨਾਂ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ। ਫਿਰ ਜਿਸ ਤਰ੍ਹਾਂ ਇਹ ਸੁਪਨਾ ਲੈ ਰਹੇ ਆ ਕਿ ਸਟੇਟ ਦੇ ਵਿੱਚ ਮੁੱਖ ਮੰਤਰੀ ਬਣਨਾ ਇਹ ਵਜ਼ੀਰ ਕਿੱਥੋਂ ਲੈ ਕੇ ਆਉਣਗੇ ਸਟੇਟ ਚਲਾਉਣੀ ਵੀ ਸੌਖੀ ਹੈ ਅਜੇ ਤੱਕ ਕਿਹੜੇ ਇਹਨਾਂ ਦਾ ਤਜਰਬਾ ਹੈਗਾ ਇਸ ਕਰਕੇ ਬੜਾ ਇਸ ਕਰਕੇ ਭੁੱਲ ਰਿਹਾ ਹੈ ਦਿੱਲੀ ਦੀ ਸਰਕਾਰ ਪੂਰੀ ਵਧੀਆ ਤਰੀਕੇ ਨਾਲ ਚੱਲ ਰਹੀ ਹੈ ਤੇ ਉਹ ਵਰਲਡ ਦੇ ਇੱਕ ਦਿੱਲੀ ਨੱਚੇ ਲਿਆ ਰਹੀ ਹੈ ਦਿੱਲੀ ਗਿੱਲ ਸਾਹਿਬ ਇੱਕ ਦੇਖੋ ਦੋ ਚੀਜ਼ਾਂ ਅੱਜ ਕਾਂਗਰਸ ਇੱਕ ਮਿੰਟ ਹੋਵੇ ਦਿੱਲੀ ਕਾਰਪੋਰੇਸ਼ਨ ਹੈ ਉਹਦੇ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਰਵਾਇਤੀ ਪਾਰਟੀਆਂ 70 ਸਾਲ ਤੱਕ ਕਦੀ ਸਿੱਖਿਆ ਤੇ ਸਿਹਤ ਤੱਕ ਦੀ ਨਾਮ ਨਹੀਂ ਲਿਆ ਕੋਈ ਕੇਜਰੀਵਾਲ ਦੀ ਬਦੌਲਤ ਤੁਸੀਂ ਅੱਜ ਲੈ ਰਹੇ ਹੋ ਦੇਖੋ ਮੈਂ ਇਹ ਗੱਲ ਆ ਗੋਇੰਦਵਾਲ ਦਾ ਹਸਪੀਟਲ ਹੈ 25 ਸਾਲ ਤੋਂ ਪਿਆ ਕਦੀ ਤੁਹਾਡੀਆਂ ਕਿੰਨੀਆਂ ਸਰਕਾਰਾਂ ਆ ਕੇ ਚੱਲ ਗਈਆਂ ਕਦੀ ਕਿਸੇ ਇੱਕ 5 ਰੁਪਏ ਦੀ ਗੋਲੀ ਲੱਗਿਆ ਸਾਹਿਬ ਦੇ ਆਪਾਂ ਇੱਕ ਸਟੇਟ ਦੀ ਆਪਣੇ ਜੇ ਆਪਾਂ ਪਿੰਡ ਦੀ ਗੱਲ ਕਰਾਉਣੀ ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਗੋਇੰਦਵਾਲ ਸਾਹਿਬ ਦੇ ਇੰਡਸਟਰੀ ਵਾਸਤੇ ਕੀਤਾ ਇੱਟਾਂ ਵੀ ਅਕਾਲੀ ਦਲ ਦੇ ਟਾਈਮ ਦੀ ਹੈ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਹੈ ਉਹਨੇ ਦਿੱਤਾ ਵਾਦੀ ਪੰਜਾਬ ਦੇ ਇਤਿਹਾਸ ਦੇ ਵਿੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਦੋਂ ਔਖੇ ਟਾਈਮ ਤੇ ਸੰਕਟ ਦੇ ਵਿੱਚ ਇੱਥੇ ਸੰਤਕਾਰਾਂ ਨੇ ਉਹ ਸਰਕਾਰਾਂ ਦਾ ਸਰ ਫਰਜੀ ਬੰਦਾ ਇੱਕ ਬੜੀ ਸੰਤਾਂ ਲਾਈਆਂ ਤੇ ਜਿੰਨਾ ਸਰਪਲਸ ਲਾਈਟ ਦੇਵਾਂਗੇ ਅੱਜ ਮਾਰ ਨਾ ਕਹਿ ਸਕਦੇ ਆ ਪੰਜਾਬ ਸਰਪਲਸ ਹੈ ਜੇ ਵਾਅਦਾ ਕੀਤਾ ਕਾਂਗਰਸ ਪਾਰਟੀ ਦੀ ਸਰਕਾਰ ਪਿਛਲੇ 5 ਸਾਲ ਰਹੀ ਹੈ ਕੋਈ ਗੋਇੰਦਵਾਲ ਸਾਹਿਬ ਦਾ ਸੰਤਕਾਰ ਜਾਂ ਜ਼ਿਲ੍ਹੇ ਦਾ ਜਾਂ ਕੋਈ ਸੰਤਕਾਰ ਲੁਧਿਆਣੇ ਦੇ ਮੰਡੀ ਗੋਬਿੰਦਗੜ੍ਹ ਦਾ ਇਹ ਗੱਲ ਕਹਿ ਦੇਵੇ ਇਹਨੂੰ ਇੱਕ ਕਸਬੇ ਨਾਲ ਲਾ ਜੋੜੋ ਅੱਜ ਦੀ ਡਿਬੇਟ ਨੂੰ ਇੱਕ ਕਸਬੇ ਦੇ ਨਾਲ ਲਾ ਜੋੜੋ ਮੈਂ ਵਾਰੀ ਵਾਰੀ ਮੌਕਾ ਦਿੰਦਾ ਮਿਲ ਨਹੀਂ ਸਕਦਾ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਨਸ਼ੇ ਤੋਂ ਭੜ ਗਏ ਜੇ ਮੈਨੂੰ ਮਜਬੂਰਤ ਦੇ ਵਿੱਚ ਇਹ ਡਿਬੇਟ ਇੱਥੇ ਬੰਦ ਕਰਨੀ ਪੈਣੀ ਆ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਗਰਮਾ ਗਰਮੀ ਹੋ ਗਈ ਸੀ ਮੈਂ ਡਿਬੇਟ ਨੂੰ ਫਿਰ ਦੁਬਾਰਾ ਚਾਲੂ ਕਰਦਾ ਮੈਂ ਗੁਰਪ੍ਰੀਤ ਸਿੰਘ ਸਿੱਧੂ ਜੀ ਤੁਹਾਡੇ ਕੋਲ ਇਹ ਪੁੱਛਦਾ ਕਿ ਜਿਹੜੀ ਗਿੱਲ ਸਾਹਿਬ ਅਤੇ ਔਲਖ ਸਾਹਿਬ ਕਹਿ ਰਹੇ ਨੇ ਕਿ ਇਹਨਾਂ ਦੋਵਾਂ ਲੀਡਰਾਂ ਨੇ ਜਿਹੜੀ ਗੱਲ ਆ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਪੰਜਾਬ ਦੀ ਜਵਾਨੀ ਦੇ ਪ੍ਰਵਾਸ ਦੀ ਸਰਕਾਰ ਕੀ ਆਉਣ 'ਤੇ ਉਹਦਾ ਕੀ ਮਸਲਾ ਹੱਲ ਹੋਏਗਾ ਉਹਦੇ ਬਾਰੇ ਗੱਲ ਨਹੀਂ ਕੀਤੀ
ਤੁਸੀਂ ਇਹਨਾਂ ਦੇ ਪਹਿਲੋਂ ਗੱਲਾਂ ਦੇ ਜਵਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਫਿਰ ਮੈਂ ਮੇਰਾ ਅਗਲਾ ਸਵਾਲ ਇਹਨਾਂ ਦੋਵਾਂ ਲੀਡਰਾਂ ਨੂੰ। ਦੇਖੋ ਮੈਂ ਫਿਰ ਬੇਨਤੀ ਕਰਦਾ ਜੀ, ਪੰਜਾਬ ਦੇ ਲੋਕ ਕਿਸੇ ਨੂੰ ਜਿਤਾਉਂਦੇ ਨਹੀਂ ਆ, ਜਦਕਿ ਹੋਣਾ ਇਹ ਚਾਹੀਦਾ ਵੀ 31 ਮਾਰਚ ਨੂੰ ਔਲਖ ਸਾਹਿਬ ਇੱਕ ਬਹੁਤ ਵਧੀਆ ਇੰਸਟੀਟਿਊਟ ਦੇ ਓਨਰ ਨੇ, ਇਹ 31 ਮਾਰਚ ਨੂੰ ਰਿਜ਼ਲਟ ਨਿਕਲਦਾ ਸੀ ਪਹਿਲਾਂ ਸਰਕਾਰੀ ਸਕੂਲਾਂ ਦਾ, ਹੁਣ ਤੇ ਇਹ ਆਪਣੀ ਡੇਟ ਨਿਰਧਾਰਿਤ ਕਰਦੇ ਨੇ। ਉਹ 'ਚ ਕਹਿੰਦੇ 31 ਮਾਰਚ ਹੋਏਗਾ, ਕੋਈ ਹੱਸੇਗਾ ਕੋਈ ਰੋਏਗਾ, ਸਟੇਜ 'ਤੇ ਖੜ੍ਹੇ ਕਰਕੇ ਉਹਦੇ ਪੁਰਾਣੇ ਰਿਕਾਰਡ ਮੁਤਾਬਕ ਉਸ ਸਾਲ 'ਚ ਕੀ ਪੜ੍ਹਿਆ ਅਤੇ ਉਹਨੇ ਕੀ ਪੇਪਰ ਦਿੱਤੇ, ਡਿਸਟਿੰਕਸ਼ਨ ਦਿੱਤੀ ਜਾਂਦੀ ਸੀ ਤਾਂ ਫੇਲ ਕੀਤਾ ਜਾਂਦਾ ਸੀ ਜਾਂ ਐਪਰੀਸ਼ੀਏਟ ਕੀਤਾ ਜਾਂਦਾ ਸੀ। ਜੇ ਪੰਜਾਬੀ ਇਹ ਥਿਊਰੀ 'ਤੇ ਚੱਲਦੇ ਹੋਣ ਅਤੇ ਜੋ ਕਿਸਾਨਾਂ ਨੇ ਇੱਕ ਸਾਲ 'ਚ ਪਰਫੋਰਮੈਂਸ ਦਿੱਤੀ ਸੀ ਅਤੇ ਕਿਸਾਨਾਂ ਦੀ ਸਰਕਾਰ ਆਉਣੀ ਚਾਹੀਦੀ ਸੀ। ਪਰ ਮੈਂ ਫਿਰ ਇਹ ਕਹਿੰਦਾ ਪੰਜਾਬੀ ਉਸ ਥਿਊਰੀ 'ਤੇ ਚੱਲਦੇ ਨੇ ਕਿ ਜਿਤਾਉਣਾ ਛੱਡੋ, ਇਹਨੂੰ ਹਰਾਉਣਾ ਹੈ, ਇਹਨੂੰ ਸਜ਼ਾ ਦੇਣੀ ਹੈ। ਮੈਂ ਫਿਰ ਔਲਖ ਸਾਹਿਬ ਨੂੰ ਬੇਨਤੀ ਕਰਦਾ, ਜਿਹੜਾ ਆਪਾਂ ਡਿਸਕਸ਼ਨ 'ਚ ਇਹ ਸਵਾਲ ਪੁੱਛ ਰਹੇ ਸੀ ਕਿ 25 ਸਾਲ ਅਕਾਲੀ ਦਲ ਰਾਜ ਕਿਉਂ ਨਹੀਂ ਕਰ ਪਾਇਆ, ਆਪਾਂ ਦਿੱਲੀ ਵਾਲਿਆਂ ਤੋਂ ਬਿਲਕੁਲ ਆਸ ਨਹੀਂ ਰੱਖਦੇ ਵੀ ਉਹ ਪੰਜਾਬੀ ਪ੍ਰਤੀ ਸੁਹਿਰਦ ਹੋਣਗੇ ਅਤੇ ਕੁਛ ਕਰਨਗੇ, ਪਰ ਅਕਾਲੀ ਦਲ ਕਿਉਂ ਨਹੀਂ ਕੀਤਾ ਜੀ? ਉਹ ਤੇ ਪੰਜਾਬੀਆਂ ਦੀ ਪਾਰਟੀ, ਉਹ ਤੇ ਸਿੱਖਾਂ ਦੀ ਪਾਰਟੀ, ਜਦਕਿ ਜਦੋਂ ਇਹਨਾਂ ਨੇ ਪੰਥਕ ਪਾਰਟੀ ਤੋਂ ਜਿਹੜਾ ਰੂਪ ਧਾਰਨ ਦੀ ਕੋਸ਼ਿਸ਼ ਕੀਤੀ ਪੰਜਾਬੀ ਪਾਰਟੀ, ਉਦੋਂ ਇਹਨਾਂ ਦੀ ਗੱਡੀ ਟਰੈਕ ਤੋਂ ਲੱਥ ਗਈ ਜੀ। ਆਪਾਂ ਮੈਂ ਅੱਜ ਤੋਂ 12 ਸਾਲ ਪਹਿਲਾਂ ਦੀ ਗੱਲ ਕਰ ਦੱਸਦਾ ਜੀ, ਕਪੂਰਥਲੇ ਅਸੀਂ ਜਾ ਰਹੇ, ਉੱਥੇ ਯੂਥ ਅਕਾਲੀ ਦਲ ਦਾ ਬੋਰਡ ਲੱਗਾ ਅਤੇ ਸਾਰੇ ਘੋਨੇ ਮੋਨੇ ਹੋਣਾ ਮਾੜੀ ਗੱਲ ਨਹੀਂ ਹੈ, ਲੇਕਿਨ ਤੁਸੀਂ ਪੰਥਕ ਪਾਰਟੀ ਜੇ ਉਹ ਹਿੰਦੂ ਸੱਜਣ ਹੋਣ, ਜੇ ਨੌਨ ਸਿੱਖ ਸੱਜਣ ਹੋਣ ਤਾਂ ਇਟਸ ਫੇਅਰ ਨਾ, ਕਿਉਂਕਿ ਉਹਨਾਂ ਦਾ ਟ੍ਰੈਡੀਸ਼ਨ ਹੈ, ਲੇਕਿਨ ਜੇ ਕੋਈ ਸਿੱਖ ਆਪਣੀ ਸਿੱਖੀ ਨਹੀਂ ਸਾਂਭ ਸਕਦਾ ਅਤੇ ਉਹਨੂੰ ਤੁਸੀਂ ਕਹੋ ਇਹ ਪੰਥ ਸਾਂਭੂਗਾ, ਕੱਲ੍ਹ ਨੂੰ ਉਹੀ MLA ਬਣਨਗੇ, ਉਹੀ ਮੰਤਰੀ ਬਣਨਗੇ, ਤਾਂ ਸੋਚ ਵੀ ਉਹੀ ਉੱਦਾਂ ਦੀ ਹੋਣੀ ਨਾ। ਆਪਾਂ ਇਹ ਡਾਇਗਨੋਸ ਫੇਅਰ ਕਰੀਏ, ਅਦਰਵਾਈਜ਼ ਤਾਂ ਫਿਰ ਨਹੀਂ ਤਾਂ ਇਹ ਕੰਪਲੀਕੇਸ਼ਨ ਪੰਜਾਬ ਨੂੰ ਵੇਖੀਏ ਵੀ ਪੰਜਾਬ ਕਿੱਧਰ ਜਾਈ ਜਾਂਦਾ, ਪੰਜਾਬ ਨਸ਼ਿਆਂ 'ਚ ਰੁੜਿਆ, ਐਜੂਕੇਸ਼ਨ ਮਾੜੀ ਆ, ਹੈਲਥ ਮਾੜੀ ਆ, ਉਸ ਤੋਂ ਵੱਡੀ ਗੱਲ ਪ੍ਰਵਾਸ ਹੈ ਜੋ ਪਹਿਲੇ 10 ਸਾਲ 'ਚ ਹੋਇਆ ਸੀ ਉਹ 5 ਸਾਲ 'ਚ ਵੀ ਹੋਣ ਡਿਆ, ਪੰਜਾਬ ਤਾਂ ਖਾਲੀ ਹੋ ਗਿਆ ਜੀ। ਜੇ ਪੰਜਾਬ ਖਾਲੀ ਹੋ ਗਿਆ ਤਾਂ ਰਾਜ ਕਿੱਥੇ ਕਰਨਗੇ? ਬੇਨਤੀ ਇਹ ਆ ਕਿ ਅਜੇ ਵੀ ਨਬਜ਼ ਫੜਨ ਦੀ ਲੋੜ ਹੈ, ਟਟੋਲਣ ਦੀ ਲੋੜ ਹੈ, ਨਬਜ਼ ਫੜਾਂਗੇ ਤਾਂ ਮਰਜ਼ ਲੱਭੂਗਾ ਅਤੇ ਆਪਾਂ ਉਹਦਾ ਇਲਾਜ ਕਰਾਂਗੇ। ਮੇਰਾ ਸਵਾਲ ਸੈਣੀ ਸਾਹਿਬ ਤੁਹਾਨੂੰ ਆ, ਤੁਸੀਂ ਸਨਅਤਕਾਰ ਵੀ ਜੇ, ਸਮਾਜ ਸੇਵਕ ਜੇ, ਤੁਸੀਂ ਕੀ ਚਾਹੁੰਦੇ ਜੇ ਕਿ ਕਿਹੋ ਜਿਹੀ ਸਰਕਾਰ ਹੋਵੇ ਜਿਹਦੇ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਹੋਵੇ, ਯੂਥ ਦਾ ਭਲਾ ਹੋਵੇ? ਦੇਖੋ ਜੀ, ਸਰਕਾਰ ਦੇ ਕੰਮ ਜਿਹੜੇ ਹੈਗੇ ਆ, ਇੱਕ ਤਾਂ ਡਿਸਿਪਲਨ ਲਾਅ ਐਂਡ ਆਰਡਰ ਕਾਇਮ ਕਰਨਾ, ਦੂਸਰਾ ਲੋਕਾਂ ਨੂੰ ਸੁੱਖ ਸਹੂਲਤਾਂ ਦੇਣੀਆਂ। ਸਰਕਾਰਾਂ ਦੇ ਕੰਮ ਇਹ ਨਹੀਂ ਹੈਗੇ ਕਿ ਨਸ਼ੇ ਵਿਕਾਉਣੇ, ਜਾਂ ਸਰਕਾਰਾਂ ਦੇ ਇਹ ਕੰਮ ਨਹੀਂ ਹੈਗੇ ਕਿ ਰੇਤਾ ਦੀਆਂ ਖੱਡਾਂ 'ਚ ਹਿੱਸਾ ਪਾ ਲੈਣਾ। ਸਰਕਾਰਾਂ ਨੂੰ ਨਿਊਟਰਲ ਕੰਮ ਕਰਨਾ ਚਾਹੀਦਾ, ਜਦਕਿ ਆਪਣੀਆਂ ਪਿਛਲੀਆਂ ਕਾਂਗਰਸ ਦੀ ਸਰਕਾਰ ਹੋਈ ਜਾਂ ਅਕਾਲੀਆਂ ਦੀ ਸਰਕਾਰ ਹੋਈ, ਪਿਛਲੇ ਸਮੇਂ ਦੇ ਵਿੱਚ ਇਹਨਾਂ ਦਾ ਇਹੀ ਕੰਮ ਹੋਇਆ ਕਿ ਇਹਨਾਂ ਨੇ ਰਾਜ ਨੂੰ ਬਿਜ਼ਨਸ ਬਣਾ ਲਿਆ, ਵੀ ਆਪਣੇ ਘਰ ਭਰਨੇ ਚਾਲੂ ਕਰ ਦਿੱਤੇ। ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਕੋਈ ਲੁੱਝ ਨਹੀਂ, ਨਾ ਉਹਨਾਂ ਨੇ ਉਹਨਾਂ ਦਾ ਕੁਛ ਦੇਖਿਆ, ਨਾ ਕੋਈ ਚੰਗਾ ਨਾ ਮਾੜਾ, ਸਿਰਫ ਲੋਕਾਂ ਨੇ ਇਹਨਾਂ ਨੂੰ ਸਜ਼ਾ ਦੇਣ ਦੀ ਖਾਤਰ ਆਪ ਮਾਰੇ ਆਪ ਨੂੰ ਵੋਟਾਂ ਪਾਈਆਂ। ਲੇਕਿਨ ਔਲਖ ਸਾਹਿਬ, ਸਰਕਾਰ ਤਾਂ ਪਿਛਲੇ 5 ਸਾਲ ਕਾਂਗਰਸ ਦੀ ਰਹੀ ਆ, ਅਤੇ ਅਜੇ ਵੀ ਜਿਹੜਾ ਲੋਕਾਂ ਦਾ ਗੁੱਸਾ, ਕੀ ਤੁਹਾਨੂੰ ਲੱਗਦਾ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਬਹੁਤ ਵਿਚਰੇ ਜੇ, ਅਤੇ ਤੁਹਾਨੂੰ ਲੱਗਦਾ ਵੀ ਅਕਾਲੀ ਦਲ ਦੇ ਖਿਲਾਫ ਆ ਕਿ ਅਕਾਲੀ ਦਲ ਦੀ ਸਰਕਾਰ ਬਣੇਗੀ? ਦੇਖੋ ਜੀ, ਮੈਂ ਤਾਂ ਪਹਿਲਾਂ ਸਪੱਸ਼ਟ ਕਰ ਚੁੱਕਿਆ, ਬੜੀ ਵੱਡੀ ਮੈਜੋਰਟੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੰਨ ਰਹੀ ਹੈ। ਗੱਲ ਮੇਰੇ ਕਾਬਲ ਵੀਰ ਨੇ ਕੀਤੀ ਹੈ ਕਿ ਪਿਛਲੀ ਵਾਰ ਕਿਉਂ ਪੰਜਾਬ ਦੇ ਲੋਕਾਂ ਨੇ ਸਹਿਯੋਗ ਨਹੀਂ ਦਿੱਤਾ, ਉਹਦੇ ਵਿੱਚ ਇਹ ਗੱਲ ਸੀ ਕਿ ਇੱਕ ਜਦੋਂ ਬਹੁਤ ਵਾਰ ਵਾਰ ਅਸੀਂ ਵੱਡੇ ਪੱਧਰ 'ਤੇ ਜ਼ੋਰ ਜ਼ੋਰ ਨਾਲ ਝੂਠ ਬੋਲਦੇ ਹਾਂ ਅਤੇ ਉਹ ਪੰਜਾਬ ਦੇ ਲੋਕ ਵੀ ਜਾਂ ਆਮ ਲੋਕ ਵੀ ਸਮਝ ਲੈਂਦੇ ਵੀ ਸ਼ਾਇਦ ਅਸਲੀਅਤ ਇਹ ਹੈ, ਪਰ ਦੂਜੇ ਨੰਬਰ 'ਤੇ ਅਸੀਂ ਧਰਮੀ ਲੋਕ ਹਾਂ, ਅਸੀਂ ਧਰਮ ਦੇ ਵਿੱਚ ਵਿਸ਼ਵਾਸ ਕਰਦੇ ਹਾਂ। ਅਤੇ ਇਹ ਤਾਂ ਜਦੋਂ ਇਹਨਾਂ ਚੋਣ ਮੈਨੀਫੈਸਟੋ ਜਾਰੀ ਕੀਤਾ ਕੈਪਟਨ ਸਾਹਿਬ ਨੇ, ਅਤੇ ਸਾਡੇ ਬਹੁਤ ਸਾਰੇ ਮਾਨਯੋਗ ਜਿਹੜੇ ਹੁਣ ਮੰਤਰੀ ਪਿਛਲੀ ਸਰਕਾਰ ਦੇ ਵਿੱਚ ਵੀ ਰਹੇ ਅਤੇ ਹੁਣ ਵੀ ਹੈ ਕੈਪਟਨ ਸਾਹਿਬ ਦੀ ਔਰ ਚੱਲੀ ਸਰਕਾਰ ਦੇ ਵਿੱਚ ਵੀ, ਇਹਨਾਂ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜਾਇਆ ਸੀ ਕੈਪਟਨ ਸਾਹਿਬ ਨੂੰ, ਔਰ ਕੈਪਟਨ ਸਾਹਿਬ ਨੇ ਹੱਥ ਦੇ ਵਿੱਚ ਗੁਟਕਾ ਸਾਹਿਬ ਫੜ ਕੇ ਗੱਲ ਕਹੀ ਸੀ ਕਿ ਅਸੀਂ ਆ ਜੋ ਤੁਹਾਡੇ ਨਾਲ ਵਾਅਦੇ ਕਰਦੇ ਹਾਂ ਅਸੀਂ ਇੱਕ ਇੱਕ ਵਾਅਦਾ ਪੂਰਾ ਕਰਾਂਗੇ, ਗੁਟਕਾ ਸਾਹਿਬ ਦੀ ਸਹੁੰ ਕਰਨੇ ਹੈ। ਅਤੇ ਨਾਲ ਇਹ ਗੱਲ ਇੱਕ ਤੁਸੀਂ ਆਪ ਚੈਨਲਾਂ ਦੇ ਵੇਖੋ, ਕੈਪਟਨ ਸਾਹਿਬ ਨੇ ਕਿਹਾ ਵੀ ਜਿਹੜੇ ਵੀ ਕਰਜ਼ੇ ਆ ਤੁਹਾਡੇ ਗਰੀਬ ਲੋਕਾਂ ਦੇ, ਮਜ਼ਦੂਰ ਕਿਸਾਨਾਂ ਦੇ ਜਾਂ ਦੂਸਰੇ ਕਿਸਾਨਾਂ ਦੇ, ਚਾਹੇ ਆੜ੍ਹਤੀ ਦੇ ਵੀ ਕਰਜ਼ੇ ਹੈ, ਉਹ ਸਾਰੇ ਮਾਫ਼ ਕਰ ਦਿਆਂਗੇ। ਅਤੇ ਉਹ ਲੋਕ ਕਈ ਵਾਰੀ ਗੁੰਮਰਾਹ ਹੋ ਜਾਂਦੇ, ਜਦੋਂ ਗੁਟਕਾ ਸਾਹਿਬ ਹੱਥ ਦੇ ਵਿੱਚ ਪੜਿਆ, ਆਪਾਂ ਧਰਮੀ ਲੋਕ ਹੈ, ਇਸ ਤਰੀਕੇ ਨਾਲ ਕਈ ਵਾਰੀ ਲੋਕਾਂ ਨੇ ਵਿਸ਼ਵਾਸ ਕਰ ਲਿਆ ਵੀ ਸ਼ਾਇਦ ਸਾਡੇ ਕਰਜ਼ੇ ਮਾਫ਼ ਹੋ ਜਾਣਗੇ। ਦੂਸਰੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪੰਜਾਬ ਦੇ ਵਿੱਚ ਐਡੀ ਕੋਈ ਗਲਤੀ ਨਹੀਂ ਸੀ ਕੀਤੀ, ਜੇ ਫਿਰ ਵੀ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ, ਸ੍ਰੀ ਦਰਬਾਰ ਸਾਹਿਬ ਤੇ ਜਾ ਕੇ ਵੱਡੇ ਬਾਦਲ ਸਾਹਿਬ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਔਰ ਸਾਰੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਆ, ਉਹਨਾਂ ਫਿਰ ਵੀ ਜਾ ਕੇ ਉੱਥੇ ਮਾਫ਼ੀ ਮੰਗੀ ਵੀ ਜੇ ਸਾਡੇ ਕੋਈ ਗਲਤੀ ਹੋਈ ਹੈ ਤੇ ਫਿਰ ਵੀ ਅਸੀਂ ਮਾਫ਼ੀ ਮੰਗਦੇ ਹਾਂ। ਪੌਣੇ ਪੰਜ ਸਾਲ ਦੇ ਵਿੱਚ ਆਪਣੀ ਗੱਡੀ ਦਾ ਡਰਾਈਵਰ ਕੈਪਟਨ ਸਾਹਿਬ ਕਹਿ ਰਹੇ ਆ ਕਿ ਸਾਡੀ ਕੈਬਨ ਦੇ ਵਿੱਚ ਕੁਛ ਐਸੇ 30-35 MLA ਆ ਜਿਨ੍ਹਾਂ ਵਿੱਚ 10-12 ਇੱਕ ਵਜ਼ੀਰ ਹੈ ਜਿਹੜੇ ਕਿ ਸਿੱਧੇ ਅਸਿੱਧੇ ਤੌਰ ਦੇ ਵਿੱਚ ਰੇਤਾ ਵੇਚਦੇ ਰਹੇ ਆ, ਨਸ਼ਿਆਂ ਦੇ ਵਿੱਚ ਇਨਵੋਲਵ ਰਹੇ ਆ। ਚੰਨੀ ਸਾਹਿਬ ਤੇ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ। ਅਕਾਲੀ ਦਲ ਨੂੰ ਤੇ ਜਨਾਬ ਜੀ ਉਹ ਇੱਜ਼ਤ ਨਾਲ ਲੋਕਾਂ ਨੇ ਕੁਰਸੀ ਤੋਂ ਲਾਇਆ, ਕਾਂਗਰਸ ਨੂੰ ਹੋ ਸਕਦਾ ਲੱਤੋਂ ਘਸੀਟ ਕੇ ਲਾ ਲੈਣ। ਦੇਖੋ ਫੇਰ ਉਹੀ ਗੱਲ, ਉਹਨਾਂ ਦੇ ਜੁਰਮ ਵੱਡੇ ਹਨ ਤਾਂ ਹੀ ਉਹ ਕੈਪਟਨ ਸਾਹਿਬ ਨੂੰ ਬਦਲਤਾ। ਉਹ ਸਾਰੇ ਸ਼ਰਮਿੰਦੇ ਜੋ ਫਿਰੇ ਦੇ ਆ। ਦੇਖੋ ਜੀ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਗੱਲ ਕਰਦਾ, ਸਰਕਾਰ ਸੀ ਜਦੋਂ ਸਰਕਾਰ ਸਿੱਖ ਜਥੇਬੰਦੀਆਂ ਨੇ ਗੱਲ ਕੀਤੀ, ਸਾਨੂੰ ਵਿਸ਼ਵਾਸ ਹੈ ਤੁਸੀਂ CBI ਤੋਂ, ਤੁਸੀਂ CBI ਤੋਂ ਉਸੇ ਟਾਈਮ ਇਨਵੋਲਵ ਹੋ ਤੁਹਾਡਾ ਹੋਣੀ ਇੱਕ ਲੀਡਰ ਅੰਦਰ ਆ ਫਿਰ ਮੇਰਾ ਸਾਰੇ ਮੇਰੇ ਮੇਰਾ ਸਾਰੇ ਮਹਿਮਾਨਾਂ ਨੂੰ ਬੇਨਤੀ ਆ ਕਿ ਅੱਜ ਦੇ ਵਿਸ਼ੇ ਦਾ ਆਪਣਾ ਹੈਗਾ ਕਿ 10 ਮਾਰਚ ਨੂੰ ਸਰਕਾਰ ਕਿਹਦੀ ਬਣ ਰਹੀ ਆ। ਗਿੱਲ ਸਾਹਿਬ ਤੁਸੀਂ ਕਿਹਾ ਕਿ ਸਾਡੀ ਬਣ ਰਹੀ ਆ, ਔਲਖ ਸਾਹਿਬ ਕਹਿ ਰਹੇ ਨੇ ਸਾਡੀ ਬਣ ਰਹੀ ਆ, ਔਰ ਸੈਣੀ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਅਜਿਹੀ ਚਾਹੀਦੀ ਆ ਜਿਹਦੇ ਨਾਲ ਇੰਡਸਟਰੀ ਚੱਲੇ, ਲੋਕਾਂ ਦਾ ਭਲਾ ਹੋਵੇ, ਅਤੇ ਸਿੱਧੂ ਸਾਹਿਬ ਦੋਵਾਂ ਪਾਰਟੀਆਂ ਦਾ ਵਿਸ਼ੇਸ਼ਣ ਕਰ ਰਹੇ। ਮੇਰੇ ਕੋਲ ਮਿੰਟ ਸਾਰਾ ਡੇਢ ਆ, ਮੈਂ ਅੱਧਾ ਅੱਧਾ ਮਿੰਟ ਲੈਣਾ। ਸਭ ਤੋਂ ਪਹਿਲਾਂ ਮੈਂ ਗਿੱਲ ਸਾਹਿਬ ਤੁਹਾਨੂੰ ਪੁੱਛਦਾ, ਜੇਕਰ ਤੁਹਾਡੀ ਸਰਕਾਰ ਆ ਜਾਂਦੀ ਆ ਤੇ ਤੁਹਾਡੀ ਪੰਜਾਬ ਲਈ ਕੀ ਪਹਿਲ ਹੋਏਗੀ? ਸਰ ਇਸ ਤਰ੍ਹਾਂ ਹੈ, ਜਿਹੜੇ ਆਪਣੀ ਆਪ ਦੀ ਸਰਕਾਰ ਆਉਂਦੀ ਆ, ਸਭ ਤੋਂ ਪਹਿਲਾਂ ਉੱਥੇ ਜਿਹੜਾ ਮੇਨ ਮੁੱਦਾ ਵਾ ਨਸ਼ਿਆਂ ਦਾ, ਉਹਨੂੰ ਖਤਮ ਕੀਤਾ ਜਾਊਗਾ। ਦੂਜਾ ਵਾ ਬੇਰੁਜ਼ਗਾਰੀ, ਇੱਥੇ ਗੋਇੰਦਵਾਲ ਦੀ ਇੰਡਸਟਰੀ ਲਾ ਲਓ, ਇੱਥੇ 400 ਯੂਨਿਟ ਲੱਗਾ ਸੀ, ਜੇ ਸਾਰਾ ਬੰਦ ਪਿਆ। ਇਸ ਤਰ੍ਹਾਂ ਸਾਰੇ ਪੰਜਾਬ ਦੀ ਇੰਡਸਟਰੀ ਬੰਦ ਆ, ਅਸੀਂ ਬੇਰੁਜ਼ਗਾਰੀ ਖਤਮ ਕਰਾਂਗੇ, ਲੋਕਾਂ ਨੂੰ ਰੁਜ਼ਗਾਰ ਦੇਵਾਂਗੇ, ਸਿਹਤ ਸਹੂਲਤਾਂ, ਸਿੱਖਿਆ, ਇਹ ਸਾਡੀ ਪ੍ਰਾਇਓਰਟੀ ਹੈ। ਔਲਖ ਸਾਹਿਬ, ਜੇ ਅਕਾਲੀ ਦਲ ਦੀ ਸਰਕਾਰ ਆਉਂਦੀ ਆ ਤੇ ਤੁਹਾਡੀਆਂ ਕੀ ਪਹਿਲਾਂ ਆਉਣਗੀਆਂ? ਦੇਖੋ ਜੀ, ਅਸੀਂ ਪਹਿਲਾਂ ਵੀ ਵਿਕਾਸ ਦੇ ਆਧਾਰ ਤੇ ਇਲੈਕਸ਼ਨ ਲੜਿਆ, ਪਿਛਲੇ 10 ਸਾਲ ਬਹੁਤ ਵਿਕਾਸ ਕੀਤਾ ਜਦੋਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਹੈ। ਹੁਣ ਜਿਹੜੇ ਅਧੂਰੇ ਕੰਮ ਰਹਿ ਗਏ, ਕਿਉਂਕਿ ਕਾਂਗਰਸ ਤਾਂ ਪੂਰੇ 5 ਸਾਲ ਵਿੱਚ ਕੁਛ ਵੀ ਨਾ ਕੈਪਟਨ ਸਾਹਿਬ ਉਹ ਨਾ ਚੰਨੀ ਸਾਹਿਬ ਕਰ ਸਕੇ ਆ, ਇਸ ਕਰਕੇ ਹੈਲਥ ਔਰ ਐਜੂਕੇਸ਼ਨ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ। ਨੌਜਵਾਨਾਂ ਦੇ ਵਿੱਚ ਜਿਹੜੀ ਬੇਰੁਜ਼ਗਾਰੀ ਹੈ ਬੜੀ ਵੱਡੇ ਪੱਧਰ ਤੇ ਫੈਲੀ ਹੈ, ਜਿਹੜੀ ਕਿ ਕਾਂਗਰਸ ਪਾਰਟੀ ਨੇ ਇੱਕ ਵੀ ਕਿਸੇ ਬੱਚੇ ਨੂੰ ਰੁਜ਼ਗਾਰ ਨਹੀਂ ਦਿੱਤਾ। ਜੇ ਰੁਜ਼ਗਾਰ ਦਿੱਤਾ ਤਾਂ ਕਿਸੇ MLA ਜਾਂ ਆਪਣੇ ਜਿਹੜੇ ਮੰਤਰੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਹੀ ਦਿੱਤਾ। ਉਹ ਅਸੀਂ ਨਰੋੜ ਭਰਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਪਹਿਲ ਦੇ ਆਧਾਰ ਤੇ ਨੌਜਵਾਨਾਂ ਦੇ ਜਿਹੜਾ ਸਮੱਸਿਆ ਮੈਂ ਨੌਜਵਾਨਾਂ ਨੂੰ ਰੁਜ਼ਗਾਰ ਦੇਵੇਗਾ, ਅਤੇ ਜਿਹੜਾ ਪਿੱਛੇ ਚਲਾ ਗਿਆ ਸੂਬਾ 5 ਸਾਲ ਦੇ ਵਿੱਚ ਉਹਨੂੰ ਫਿਰ ਪੈਰਾਂ ਸਿਰ ਕਰਕੇ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰੇਗਾ ਅਤੇ ਅਸੀਂ ਪੰਜਾਬ ਦੇ ਵਿੱਚ। ਮੈਂ ਲਾਸਟ ਟਿੱਪਣੀ ਲਾਵਾਂਗਾ ਸਿੱਧੂ ਸਾਹਿਬ ਤੁਹਾਡੇ ਤੋਂ ਕਿ ਕੀ ਲੱਗਦਾ ਤੁਹਾਨੂੰ ਕਿ ਇਹਨਾਂ ਦੋਵਾਂ ਪਾਰਟੀਆਂ ਜਿਹਦੀ ਸਰਕਾਰ ਆਈ ਤੇ ਪੰਜਾਬ ਦਾ ਭਲਾ ਹੋਏਗਾ? ਦੇਖੋ ਮੇਰੀ ਤਾਂ ਬੇਨਤੀ ਇਹ ਆ ਵੀ ਜਦੋਂ ਮੌਸਮ ਬਦਲਦੇ ਆ ਇਹਨਾਂ ਨੂੰ 6-6 ਮਹੀਨੇ ਦੇ ਦਿਆ ਕਰੀਏ। ਦੇਖੋ ਜੀ, ਬੇਨਤੀ ਇਹ ਹੈ ਕਿ ਪ੍ਰਾਇਓਰਿਟੀ ਡਿਸਾਈਡ ਕੋਈ ਨਹੀਂ ਕਰ ਰਿਹਾ ਵੀ ਅਗਲੇ 5 ਸਾਲ 'ਚ ਪੰਜਾਬ ਕਿੱਥੇ ਹੋਏਗਾ, ਉੱਤੋਂ ਅਗਲੇ 5 ਸਾਲ 'ਚ ਪੰਜਾਬ ਕਿੱਥੇ ਹੋਏਗਾ। ਜਦੋਂ ਪ੍ਰਾਇਓਰਟੀ ਨਹੀਂ ਡਿਸਾਈਡ ਤਾਂ ਫਿਰ ਅੰਨੇ ਦੂਏ ਟੱਕਰਾਂ ਦਾ ਬੇਸ ਥੱਲੇ ਬਣੂਗਾ, ਫਿਰ ਪ੍ਰਾਇਓਰਟੀ ਹੋਊਗਾ। ਚਲੋ ਦੇਖਦੇ ਹਾਂ ਜੀ, 10 ਤਰੀਕ ਨੂੰ ਨਤੀਜੇ, ਲੋਕ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਅਤੇ ਸਰਕਾਰ ਕਿਹਦੀ ਬਣਦੀ ਆ। ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਜਿਸ ਪਾਰਟੀ ਦੀ ਸਰਕਾਰ ਬਣੇ ਉਹ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰੇ, ਪੰਜਾਬ ਦੇ ਯੂਥ ਦੀ ਗੱਲ ਕਰੇ, ਇੱਥੋਂ ਬੇਰੁਜ਼ਗਾਰੀ ਅਤੇ ਨਸ਼ਾ ਖਤਮ ਕਰੇ। ਸਾਰੇ ਹੀ ਆਏ ਹੋਏ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ।